فبأي آلاء ربكما تكذبان فيهما من كل فاكهة. السلام علیکم، کیا حال ہے؟ ٹھیک ہو سارے بندے؟ اللہ ٹھیک ٹھاک رکھا ہے سارے کی، اللہ سارے نے دکھ تکلیفاں پریشانیاں مصیبتاں دور کرے، اللہ سارے صحت دے، آمین سم آمین. میں بنا لئی سا ترکے والیاں سیویاں، بنانے نے طریقہ تسیں دساں تے اے دیسی گھیو ہے تے شکر ہے پاساں تے سیویاں نے اک پیکٹ ہے ਤੇ ਮੈਂ ਆਂਡੀ ਚ ਪਾਣੀ ਪਾਈ ਤੇ ਤੇ ਰੱਖਿਆ ਵਾ ਇਸਨੇ ਵਿੱਚ ਥੋੜਾ ਜਿਹਾ ਲੂਣ ਪਾਸਾ ਬismillahirrahmanirrahim ਐ ਤੱਕ ਹੀ ਸਕਨੇ ਹੋ ਤੇ ਥੋੜਾ ਜਿਹਾ ਲੂਣ ਪਾਈ ਨਾ ਤੇ ਪਾਣੀ ਥੋੜਾ ਗਰਮ ਹੋਇਆ ਤੇ ਫਿਰ ਸੇਮੀਆਂ ਵਾਲਸਾ ਕਿਉਂਕਿ ਇਹ ਸੇਮੀਆਂ ਭੁੱਜੀਆਂ ਹਨ ਥੋੜਾ ਲੂਣ ਪਾਈ ਨਾ ਤੇ ਪਾਣੀ ਥੋੜਾ ਗਰਮ ਹੋਇਆ ਫਿਰ ਮੈਂ ਸੇਮੀਆਂ ਪਾਈ ਤੇ ਇਸਨੇ ਚ ਵਾਲਸਾ ਤੇ ਫਿਰ ਮੈਂ ਤੁਸੀਂ ਦੱਸਣੀਆਂ ਤਾਂ ਬੜੀਆਂ ਮਜ਼ੇ ਦੀਆਂ ਸੇਮੀਆਂ ਬਣਨੀਆਂ ਤਾਂ ਬੜਾ ਸੌਖਾ ਤਰੀਕਾ ਵੈ ਪਾਣੀ ਗਰਮ ਵੈ ਤਾਂ ਫਿਰ ਮੈਂ ਵਿੱਚ ਬਸ ਸੇਮੀਆਂ ਬismillahirrahmanirrahim ਇਹ ਤਾਂ ਕੋਈ ਪਾਣੀ ਗਰਮ ਹੋ ਗਿਆ ਤਾਂ ਹੁਣ ਸੇਮੀਆਂ ਪਾਈ ਛੱਡਨੇ ਆ ਵਿੱਚ ਬismillahirrahmanirrahim ਬੜੀਆਂ ਸੋਹਣੀਆਂ ਸੇਵੀਆਂ ਇਹ ਵੀ ਬਣੀਆਂ ਨੇ ਪੈਕਟ ਵਾਲੀਆਂ ਤਾਂ ਇਨਸ਼ਾਅੱਲਾ ਦੀਆਂ ਵੀ ਦੇਸੀ ਬਣਾਉਣੇ ਨਾ ਤਰੀਕਾ ਵੀ ਦੱਸਾਂ ਤੁਸਾਂ ਕੀ ਬੱਟੀ ਤਾਂ ਬਣਾਓ ਜਿਹੜੇ ਤਾਂ ਉਹਨੇ ਬਸ ਵਾਲਣ ਹੋਸਨ ਵਿੱਚ ਲੂਣ ਬਾਈ ਤੁਸਾਂ ਜ਼ਰੂਰ ਇਸ ਤਰ੍ਹਾਂ ਵਾਲਿਆ ਕਿਰੀਆਂ ਵਾਂ ਰਹਿਣੀਆਂ ਤਾਂ ਫਿਰ ਬਹੁਤ ਸੌਖਾ ਤਰੀਕਾ ਵੈ ਸੇਵੀਆਂ ਬਣਾਉਣੇ ਨਾ ਤਾਂ ਬੜੀਆਂ ਮਜ਼ੇ ਦੀਆਂ ਬਣੀਆਂ ਨੇ ਹੁਣ ਬਸ ਵਾਲਣ ਹੋਸਨ ਤਾਂ ਫਿਰ ਪਾਣੀ ਨਿਚੋੜ ਸਾਂ ਬismillahirrahmanirrahim ਇਹ ਤਾਂ ਕੋ ਸੇਮੀਆਂ ਹੁਣ ਬਸ ਵਾਲ ਗਈਆਂ ਤਾਂ ਮੈਂ ਹੁਣ ਪਾਣੀ ਨਿਚੋੜ ਸਾਂ ਬismillahirrahmanirrahim ਇਹ ਤਾਂ ਕੋ ਹੁਣ ਪਾਣੀ ਨਿਚੋੜੀ ਛੋੜਿਆ ਮੈਂ ਤਾਂ ਹੁਣ ਘਿਓ ਤਾਂ ਸ਼ੱਕਰ ਵਿੱਚ ਪਾਈ ਛੋੜ ਸਾਂ ਮੈਂ ਵਿੱਚ ਬਾਈ ਛੁਰੀ ਗਿਆ ਸ਼ੱਕਰ ਵੀ ਘਿਓ ਵੀ ਤਾਂ ਹੁਣ ਥੋੜ੍ਹੀ ਦੇਰ ਹੈ ਬਸ ਦੋਵੇਂ ਭਰੀ ਰੱਖਸਾਂ ਤਾਂ ਬਸ ਸੇਵੀਆਂ ਤਿਆਰ ਹਨ ਇਹ ਤੱਕ ਸੇਵੀਆਂ ਤਰਕੇ ਵਾਲੀਆਂ ਤਿਆਰ ਹਨ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਮਾੜੇ ਤਰੀਕੇ ਨਾਲ ਤਾਂ ਬਹੁਤ ਮਜ਼ੇ ਨਹੀਂ ਤਾਂ ਜਿਹੜੇ ਵੀ ਨਵੇਂ ਬੰਦੇ ਮਾੜੀ ਵੀਡੀਓ ਤੱਕ ਨੇ ਮਾਰੇ ਚੈਨਲ ਕੀ ਸਬਸਕ੍ਰਾਈਬ ਕਰਨ ਜਿਸ ਤਰ੍ਹਾਂ ਆ ਸਕੇ ਮਾੜੀ ਵੀਡੀਓ ਲਾਈਕ ਕਰਨ ਸ਼ੇਅਰ ਕਰਨ ਕਮੈਂਟ ਕਰਨ ਅੱਲਾ ਸਾਰੇ ਖੁਸ਼ ਰੱਖੇ ਅੱਲਾ ਸੋਹਣੇ ਨੇ ਵਾਲਾ ربكما تكذبان فيهما من كل فاكهة